ਹਾਂਜੀ ਗੁਰੂ ਪਿਆਰੇਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਪਿਆਰੇਓ ਕਿਦਾਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਸੋ ਸਵਾਗਤ ਹੈ ਤੁਹਾਡਾ YouTube ਚੈਨਲ ਤੇ Facebook ਪੇਜ ਉੱਤੇ ਸੋ ਅੱਜ ਆਪਾਂ ਨੇ ਅਕਾਲੀ ਫੂਲਾ ਸਿੰਘ ਦੀ ਸੂਰਮਗਤੀ ਦੀ ਗੱਲ ਕਰਨੀ ਹੈ ਸੋ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕੁਝ ਰੋਚਕ ਗੱਲਾਂ ਹਨਾ ਜਿਹੜੀਆਂ ਕਿ ਸੁਣ ਕੇ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਅਸੀਂ ਕਿਸ ਧਰਮ ਦੇ ਵਿੱਚ ਸਾਡਾ ਜਨਮ ਹੋਇਆ ਹਨਾ ਤੇ ਉਸ ਧਰਮ ਦੇ ਸੂਰਮੇ ਤੇ ਜਿਨ੍ਹਾਂ ਦੀਆਂ ਸੂਰਮਗਤੀ ਦੀਆਂ ਗੱਲਾਂ ਦੁਸ਼ਮਣ ਦੇ ਦਰਬਾਰ ਵਿੱਚ ਵੀ ਹੁੰਦੀਆਂ ਸਨ ਠੀਕ ਹੈ ਜੀ ਸੋ ਵੀਡੀਓ ਬੜੀ ਰੋਚਕ ਆ ਤੇ ਸੁਣ ਕੇ ਜਰਾ ਸੋ ਨਸ਼ਹਿਰੇ ਦੀ ਜਿਹੜੀ ਲੜਾਈ ਲੜੀ ਅਕਾਲੀ ਫੂਲਾ ਸਿੰਘ ਉਹਨਾਂ ਨੇ ਉਹ ਲੜਾਈ ਦੇ ਵਿੱਚੋਂ ਭਾਂਜ ਖਾ ਕੇ ਕਹਿ ਲਈਏ ਵੀ ਕੁਝ ਇੱਕ ਗਾਜੀ ਸੀ ਜਿਹੜੇ ਉਹ ਨੱਠ ਕੇ ਬਚੇ ਸੋ ਉਹਨਾਂ ਦੇ ਵਿੱਚ ਮੁੱਲਾ ਰਸ਼ੀਦ ਵੀ ਸੀਗਾ ਇੱਕ ਜੋ ਕਿ ਬੜਾ ਜੋਸ਼ੀਲਾ ਗਾਜੀ ਸੀ ਉਹ ਵੀ ਬੜਾ ਮੰਨਿਆ ਪਰਮੰਨਿਆ ਸੀ ਤੇ ਇਸ ਇਲਾਕੇ ਦਾ ਮਸ਼ਹੂਰ ਮੌਲਵੀ ਸੀਗਾ ਤੋ ਇਸ ਲੜਾਈ ਦੇ ਵਿੱਚ ਕਹਿ ਲਿਏ ਵੀ ਜਦ ਇਹਨੇ ਸਿੰਘਾਂ ਦੇ ਹੱਥ ਦੇਖੇ ਕਹਿ ਲਿਏ ਵੀ ਉਹਨਾਂ ਦੀ ਜੁਸਾ ਦੇਖਿਆ ਉਹਨੇ ਲੜਦੇ ਆਂਦਾ ਹਨਾ ਤਾਂ ਇਸ ਮੌਲਵੀ ਨੇ ਤਾਂ ਖਾਲਸੇ ਦਾ ਰੋਹਬ ਸੀ ਜਿਹੜਾ ਉਹਨੇ ਇਹਦੇ ਉੱਤੇ ਪ੍ਰਭਾਵ ਪਾਇਆ ਉਹ ਇੰਨਾ ਕਹਿ ਲਿਏ ਵੀ ਡਰ ਗਿਆ ਦੇਖ ਕੇ ਕਿ ਉਹਨੇ ਸਾਰੀ ਉਮਰ ਮੁੜ ਕੇ ਸਿੰਘਾਂ ਦੇ ਵਿਰੁੱਧ ਜਿਹਹਾਦ ਨਹੀਂ ਛੇੜਿਆ ਤੇ ਜਿਹਾਦ ਦੇ ਨਾਂ ਤੇ ਹਾਮੀ ਵੀ ਨਾ ਭਰੀ ਕਿਸੇ ਨਾਲ ਜਾਣ ਦੀ ਸਿੰਘਾਂ ਦੇ ਖਿਲਾਫ ਤਾਂ ਕੋ ਸਮੇਂ ਬਾਅਦ ਇਸ ਮੁੱਲਾ ਨੂੰ ਕਿਸੇ ਨੇ ਪੁੱਛਿਆ ਕਿ ਫੇਰ ਸਿੰਘਾਂ ਨਾਲ ਜਿਹਾਦ ਕਰੋਂਗੇ ਤੁਸੀਂ ਮੌਲਵੀ ਜੀ ਤਾਂ ਮੁੱਲਾ ਨੇ ਆਖਿਆ ਕਿ ਸਿੰਘਾਂ ਨਾਲ ਸਾਹਮਣੇ ਲੜਨ ਦਾ ਇਰਾਦਾ ਤਾਂ ਮੈਂ ਸਦਾ ਲਈ ਛੱਡ ਦਿੱਤਾ ਪਰ ਹਾਂ ਇੱਕ ਸੂਰਤ ਦੇ ਵਿੱਚ ਮੈਂ ਆਪਣਾ ਇਰਾਦਾ ਬਦਲ ਸਕਦਾ ਉਹ ਇਹ ਆ ਕਿ ਕੋਈ ਮੈਨੂੰ ਇਨਾ ਲੰਬਾ ਨੇਜਾ ਬਣਾ ਕੇ ਦਵੇ ਕਿ ਮੈਂ ਸਰਹੱਦ ਦੇ ਉੱਚੇ ਪਹਾੜਾਂ ਦੀਆਂ ਚੋਟੀਆਂ ਦੇ ਬੈਠ ਕੇ ਕਹਿ ਲਈਏ ਵੀ ਮਾਝੇ ਯਾਨੀ ਕਿ ਪੰਜਾਬ ਦੇ ਵਿੱਚ ਸਿੰਘਾਂ ਨੂੰ ਉਸ ਨੇਜੇ ਨਾਲ ਮਾਰ ਸਕਾਂ ਸੋ ਇਨਾ ਕੋ ਡਰ ਗਿਆ ਸੀ ਉਹ ਕਹਿੰਦਾ ਵੀ ਇਨਾ ਲੰਬਾ ਨੇਜਾ ਬਣਾ ਕੇ ਦੋ ਮਰੀ ਮੈਂ ਇੱਥੇ ਬੈਠਾ ਬੈਠਾ ਹੀ ਮਾਰਾਂ ਉਹਨਾਂ ਦੇ ਠੀਕ ਹੈ ਜੀ ਤਾਂ ਤਾਂ ਕਹਿੰਦਾ ਮੈਂ ਗਾੜੀ ਬੜਨ ਵਾਸਤੇ ਤਿਆਰ ਐ ਜੇ ਤੁਸੀਂ ਮੈਨੂੰ ਇਦਾਂ ਦਾ ਨੇਜਾ ਬਣਾ ਕੇ ਦਵੋ ਅਦਰਵਾਈਜ਼ ਵੀ ਭੁੱਲ ਜੋ ਵੀ ਮੈਂ ਸਿੱਖਾਂ ਦੇ ਖਿਲਾਫ ਕਹਿ ਲਈਏ ਵੀ ਮੈਂ ਜਹਾਦ ਚੇੜਾਂਗਾ ਜਾਂ ਮੈਂ ਸਿੰਘਾਂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਾਂਗਾ ਕਿਉਂਕਿ ਅ ਕਹਿ ਲਈਏ ਵੀ ਮੈਦਾਨ ਦੇ ਵਿੱਚ ਸਿੰਘਾਂ ਨਾਲ ਹੱਥੋਂ ਹੱਥ ਲੜਾਂ ਇਹ ਮੈਂ ਤੋਂ ਹੋ ਨਹੀਂ ਸਕਦਾ ਸਿੱਧਾ ਮੇਰਾ ਜਵਾਬ ਹੈ ਉਹ ਮੁੱਲਾ ਕਹਿੰਦਾ ਤੇ ਮੇਰੀਆਂ ਤਾਂ ਕਹਿੰਦਾ ਸਿੰਘਾਂ ਨੂੰ ਦੇਖ ਕੇ ਸਾਹਮਣੇ ਸੱਤੇ ਸੁਧਾਂ ਭੁੱਲ ਜਾਨੀਆਂ ਫਿਰ ਮੁੱਲਾ ਨੇ ਆਪਣੇ ਪੈਰਾਂ ਨੂੰ ਚੁੰਮਿਆ ਹੱਥ ਲਾ ਕੇ ਉਹ ਚੁੰਮ ਕੇ ਕਹਿਣ ਲੱਗਿਆ ਕਹਿੰਦਾ ਕਹਿੰਦਾ ਮੈਂ ਕਹਿੰਦਾ ਇਹਨਾਂ ਪੈਰਾਂ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਦੀ ਬਦੌਲਤ ਕਹਿੰਦਾ ਮੈਂ ਨਸ਼ਹਰੇ ਦੀ ਲੜਾਈ ਦੇ ਵਿੱਚੋਂ ਭੱਜ ਸਕਿਆ ਕਹਿੰਦਾ ਇਹਨਾਂ ਦੀ ਪੈਰਾਂ ਦੀ ਮਦਦ ਦੇ ਕਾਰਨ ਕਰਨਾ ਮੈਂ ਉੱਥੋਂ ਨੱਠ ਕੇ ਆਪਣੀ ਜਾਨ ਬਚਾਈ ਹੈ ਨਹੀਂ ਤਾਂ ਕਹਿੰਦਾ ਮੈਂ ਆਪਣੇ ਸਾਥੀਆਂ ਸਮੇਤ ਉਸੇ ਜੰਗ ਦੇ ਮੈਦਾਨ ਦੇ ਵਿੱਚ ਕੁਤਰਿਆ ਜਾਂਦਾ ਸੋ ਐਡਾ ਕਹਿ ਲਈ ਵੀ ਅਕਾਲੀ ਫੂਲਾ ਸਿੰਘ ਉਹਨਾਂ ਦਾ ਦਬਦਬਾ ਸੀਗਾ ਅਫਗਾਨਾਂ ਦੇ ਉੱਤੇ ਰਾਨੀ ਦੀ ਗੱਲ ਹੈ ਤਾਂ ਇਹ ਮੁੱਲਾ ਸੀ ਜਿਹੜਾ ਚੰਗਾ ਆਲਮ ਫਾਜ਼ਿਲ ਅਤੇ ਬਲਾਸੀ ਤਬੀਅਤ ਦੇ ਕਾਰਨ ਇਹਦੀ ਕਹ ਲਈਏ ਵੱਡੇ ਰਹਿਸਾਂ ਤੱਕ ਪਹੁੰਚ ਸੀਗੀ ਇਸ ਦੀ ਤੇ ਉਹ ਤੋਂ ਬਾਅਦ ਇੱਕ ਵਾਰੀ ਇਹ ਕਾਬਲ ਦੇ ਦਰਬਾਰ ਦੇ ਵਿੱਚ ਗਿਆ ਉੱਥੋਂ ਦੇ ਹਾਕਮ ਨੇ ਕਿ ਜੋ ਕੁਝ ਸਮੇਂ ਤੱਕ ਪਸ਼ਾਵਰ ਦਾ ਗਵਰਨਰ ਵੀ ਰਹਿ ਚੁੱਕਾ ਸੀ ਉਹ ਮੁੱਲਾ ਸਾਹਿਬ ਨਾਲ ਸਿੱਖਾਂ ਦੀ ਲੜਾਈ ਦਾ ਜ਼ਿਕਰ ਕਰਦੇ ਹੋਏ ਉਹਨੇ ਆਖਿਆ ਕੇ ਪਸ਼ਾਵਰ ਦਾ ਬੱਲ ਹਿਸਾਰ ਕਿਲਾ ਬੜਾ ਕੰਮ ਦਿੰਦਾ ਤਾਂ ਮੁੱਲਾ ਨੇ ਹੱਸ ਕੇ ਕਿਹਾ ਕਿ ਇਸ ਕਿਲੇ ਦਾ ਕਾਬਲ ਪਹੁੰਚਣਾ ਤਾਂ ਬੜਾ ਹੀ ਸੌਖਾ ਏ ਕਹਿੰਦਾ ਜੇ ਆਪ ਚਾਹੋ ਤਾਂ ਮੈਂ ਇਸ ਦਾ ਚੰਗੀ ਤਰ੍ਹਾਂ ਪ੍ਰਬੰਧ ਕਰ ਸਕਦਾ ਥਾਕਵਾਨ ਨੇ ਪੁੱਛਿਆ ਕਿਸ ਤਰ੍ਹਾਂ ਕਹਿੰਦਾ ਆਪ ਚਾਰੇ ਭਾਈ ਮੇਰੇ ਨਾਲ ਪਸ਼ਾਵਰ ਚੱਲੋ ਤੇ ਮੈਂ ਆਪ ਨੂੰ ਕਿਲੇ ਦੀ ਹਰ ਇੱਕ ਬਾਹੀ ਨਾਲ ਮਜ਼ਬੂਤ ਰੱਸਿਆਂ ਦੇ ਨਾਲ ਬੰਨ੍ਹ ਦੇਣਾ ਤੇ ਸਾਹਮਣੇ ਪਾਸੇ ਤੋਂ ਇੱਕ ਸਿੰਘ ਨੂੰ ਆਪਦੇ ਉੱਪਰ ਛੱਡ ਦੇਣਾ ਤੇ ਜਦ ਆਪ ਉਹ ਸਿੰਘ ਨੂੰ ਦੇਖ ਕੇ ਘਬਰਾ ਕੇ ਭੱਜੋਗੇ ਜਿਵੇਂ ਕਿ ਤੁਸੀਂ ਆਮ ਕਰਦੇ ਹੋ ਤਾਂ ਇਹ ਕਿਲਾ ਬਰਾਬਰ ਆਪਦੇ ਪਿੱਛੇ ਖਿੱਚਦਾ ਹੋਇਆ ਪਛਾਵਰ ਪਹੁੰਚ ਜਾਊਗਾ ਨਕਾਬਲ ਪਹੁੰਚ ਜਾਊਗਾ ਤੇ ਕਹਿੰਦੇ ਵੀ ਇਹ ਮੁੱਲਾਂ ਦੇ ਇਸ ਲਤੀਫੇ ਦੇ ਨਾਲ ਸਾਰੇ ਦਰਬਾਰੀ ਉੱਚੀ ਉੱਚੀ ਹੱਸਣ ਲੱਗ ਪਏ ਤੇ ਮੁੱਲਾਂ ਨੂੰ ਸ਼ਾਬਾਸ਼ ਕਹਿੰਦੇ ਹੋਏ ਹਰੇਕ ਆਖਦਾ ਸੀ ਕਿ ਤੂੰ ਅਫਗਾਨਾਂ ਦਾ ਚੰਗਾ ਨਕਸ਼ਾ ਉਤਾਰਿਆ ਸੋ ਇਹ ਸੀ ਕਹਿ ਲਈਏ ਵੀ ਸਿੰਘਾਂ ਦੇ ਕਾਰਨਾਮੇ ਦੀਆਂ ਤੁਮਾਂ ਕਿ ਦੁਸ਼ਮਣ afghan ਉਹ ਵੀ ਇੰਨਾ ਡਰਦੇ ਸੀ ਖਾਸ ਕਰਕੇ ਕਾਲੀ ਫੂਲਾ ਸਿੰਘ ਦੇ ਕੋਲ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਵੀਡੀਓ ਤੇ ਮਾਣ ਕਰਿਆ ਕਰੋ ਕਿ ਤੁਸੀਂ ਕਿਹਨਾ ਦੇ ਵਾਰਸ ਹੋ ਤੇ ਮੈਂ ਹਰੇਕ ਵੀਡੀਓ 'ਚ ਕਹਿੰਦਾ ਹੁੰਦਾ ਕਿ ਵਾਪਸ ਮੁੜੋ ਕਿਸ ਦਾੜੇ ਰੱਖੋ ਤੇ ਗੁਰੂ ਦੇ ਸਿੰਘ ਸਜੋ ਸੋ ਹੁਣ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਔਰ ਉਦ ਤੱਕ ਦੇ ਹੋ ਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ